वाहेगुरु जी का खालसा, श्री वाहेगुरु जी की फतेह। हाँ जी, मैं हरकीत कौर, अपने चैनल पर स्वागत है। असी सारे ठीक ठाक हाँ जी, वाहेगुरु की कृपा नाल तुसी भी सारे ठीक होवोंगे। ते कल हैगी सी जी जागो मामे के ब्याह च, मामे की कुड़ी ब्याह दी, ते असी जागो जी जाया है। अज पैलेस च जावांगे, गुरमन जोत दा हैगा जी पेपर, वो स्कूल जाऊ ओदे लई। मैं मेथे वाले, असी कल सब्जी नहीं बनाई क्यों ब्याह गए हुए सी, नहीं हुण वो पेपर देण जाऊ, मेथे वाले परौंठे रोटियां बना लिया, नहीं कि असी पैलेस जावांगे 12 बजे, नहीं कि दो दो असी खा लाँगे, है ना। ते नहीं गुरमन जोत खा जूगी, जो गुरमन का पेपर हो गया उन्होंने लैके आवेंगे, फिर असी ब्याह जावांगे। पैलेस नेड़े ही हैगा, पेका पिंड भी नेड़े ही है, पैलेस भी नेड़े ही हैगा, ता करके महा चलना मैं, है ना। ऊँ तो टाइम नहीं लगता वीडियो बनाउण दा, नहीं मैं रोटी बनाउणी है, महा मैं दो चार गल्लां करदी आं। बाकी सिरे अपने तुसीं निम्म दी वीडियो देख चुके होंगे, थोड़ा बहुत बहुत धन्नवाद। सावरां नूं भैणां नूं वधाईआं बहुत दित्तीआं ने, सावा वधाईआं सारीआं भैणां नूं। ते बाकी भैणां दे मैं कमेंटां दे जवाब एक दो कर दिंदी हैगी। ते भैणां कहिंदीआं सी वी जी, है ना, ਵਧਾਈ ਕਿਵੇਂ ਉੱਧਰ ਕਿਵੇਂ ਆਈ ਆ। ਕੋਈ ਗੱਲ ਨਹੀਂ ਜੀ, ਹੈ ਨਾ, ਸਾਡਾ ਕੋਈ ਆਪ ਵਿੱਚ ਦੀ ਫਰਕ ਬਿਲਕੁਲ ਵੀ ਨਹੀਂ ਹੈਗਾ। ਅਤੇ ਉਹਨਾਂ ਨੂੰ ਵੀ ਚਾਅ ਸੀਗਾ, ਸਾਡੇ ਘਰ ਸਾਂਝੇ ਪ੍ਰੋਗਰਾਮ ਬਹੁਤ ਹੋ ਚੁੱਕੇ ਨੇ, ਪਰ ਉਹ ਚੈਨਲ ਨਹੀਂ ਸੀ ਬਣਾਇਆ। ਚਲ ਕੋਈ ਗੱਲ ਨਹੀਂ, ਹੈ ਨਾ, ਵੱਡੇ ਮਾਮੇ ਨੂੰ ਵੀ ਚਾਅ ਹੁੰਦਾ, ਛੋਟੇ ਨੂੰ ਵੀ ਚਾਅ ਹੁੰਦਾ, ਇੱਕ ਥਾਂ ਖੁਸ਼ੀ ਮਨਾਈ ਜਾਵੇ, ਵਧੀਆ ਹੁੰਦੀ ਆ ਜੀ, ਹੈ ਨਾ, ਰਲ ਮਿਲ ਕੇ। ਜਿਹੜਾ ਰਲ ਕੇ ਕੰਮ ਹੋ ਜਾਵੇ ਉਹਦੇ ਵਰਗੀ ਰੀਸ ਨਹੀਂ ਹੈਗੀ। ਅਤੇ ਬਾਕੀ ਗੱਲ ਹੈਗੀ ਆ ਕਿ ਬੀਬੀ ਆਊਗੀ, ਅਤੇ ਆਪਾਂ ਫਿਰ ਪੰਜੀਰੀ ਦੀ ਸ਼ੋਪਿੰਗ ਕਰ ਰੱਖੀ ਹੈਗੀ, ਅਤੇ ਫਿਰ ਪੰਜੀਰੀ ਰਲਾ ਕੇ ਆਪਾਂ ਪੰਜੀਰੀ ਦੇ ਕੇ ਆਵਾਂਗੇ। ਸਾਰੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਜਿਵੇਂ ਇਹ ਵੀਡੀਓ ਨੂੰ ਪਿਆਰ ਦਿੱਤਾ, ਵਿਆਹ ਵਾਲਿਆਂ ਨੂੰ ਦਿੱਤਾ, ਅਤੇ ਨਿੰਮ ਵਾਲਿਆਂ ਨੂੰ ਦਿੱਤਾ, ਐਵੇਂ ਅੱਗੇ ਵੀਡੀਓ ਪਾਈ ਜਾਵਾਂਗੇ ਆਪਾਂ। ਅਤੇ ਜਿਵੇਂ ਜਿਵੇਂ ਤਿਉਹਾਰ ਹੋਇਆ ਉਵੇਂ ਉਵੇਂ ਵੀਡੀਓ ਪਾਵਾਂਗੇ। ਅਤੇ ਬਹੁਤ ਹੀ, ਹੈ ਨਾ, ਭੈਣਾਂ ਨੇ ਕਿਹਾ ਵੀ ਸਾਡੇ ਐਂ ਰਿਵਾਜ਼ ਆ, ਤੁਹਾਡੇ ਐਂ ਰਿਵਾਜ਼, ਤੁਹਾਡੇ ਤਾਂ ਬਹੁਤ ਵਧੀਆ ਰਿਵਾਜ਼ ਹੈ। ਅਤੇ ਚਲੋ ਜੀ, ਹੈ ਨਾ, ਪੁੱਤ ਰੱਬ, ਹੈ ਨਾ, ਜਦੋਂ ਪੁੱਤ ਦਿੰਦਾ ਆਪਾਂ ਨੂੰ ਖੁਸ਼ੀ ਹੁੰਦੀ ਹੋਈ ਹੈਗੀ, ਪਰ ਸਾਡਾ ਜਿੱਦਾਂ ਦਾ ਸਾਡੇ ਦੋਹਤਾ ਆਇਆ, ਸਾਡੇ ਧਰਤੀ ਦੇ ਪੈਰ ਨਹੀਂ ਲੱਗਦੇ, ਖੁਸ਼ੀ ਖੁਸ਼ੀ ਚਾਹੀਂ ਚਾਹੀਂ, ਹੈ ਨਾ, ਸ਼ੋਪਿੰਗ ਕਰਨੀ, ਚਾਹੀ ਚਾਹੀ ਕੰਮ ਕਰਨੇ, ਭੱਜ ਭੱਜ ਤਿਆਰੀਆਂ ਕਰਨੀਆਂ, ਇੱਧਰ ਜਾਣਾ ਉੱਧਰ ਜਾਣਾ, ਅਸੀਂ ਖੁਸ਼ੀ ਨਾਲ ਹੀ ਕਰੀ ਜਾਂਦੇ ਹਾਂ ਜੀ। ਅਤੇ ਸਾਡੇ ਘਰ ਮਸਾਂ, ਹੈ ਨਾ, ਦੋਹਤੇ ਦੀ ਦਾਤ ਆ ਜੀ, ਤੁਹਾਨੂੰ ਪਤਾ ਹੀ ਆ, ਪਹਿਲਾਂ ਦੋ ਬੇਟੀਆਂ ਸੀਗੀਆਂ, ਅਤੇ ਤਾਂ ਕਰਕੇ ਅਤੇ ਹੁੰਦੀ ਆ ਖੁਸ਼ੀ, ਹੈ ਨਾ। ਅਤੇ ਕਿੰਨੇ ਮਾਂ ਪਿਓ ਦੇ ਬੱਚੇ ਹੋਣ, ਦੋ ਹੋਣ, ਤਿੰਨ ਹੋਣ, ਅਤੇ ਪਿਆਰ ਸਾਰਿਆਂ ਨੂੰ ਆਪਾਂ ਅੱਡੋ ਅੱਡ ਹੁੰਦਾ ਗਾ, ਹੈ ਨਾ ਜੀ, ਪੁੱਤਾਂ ਦਾ ਇੱਕੋ ਜਿਹੀ ਇੱਕੋ ਜਿਹੀ ਹੁੰਦੇ ਨੇ, ਇੱਕੋ ਬਰਾਬਰ ਹੀ ਹੁੰਦੇ ਨੇਗੇ। ਗੁਰਮਨ ਪਾਉਂਦੀ ਹੈ ਸਹਿਰਾ ਦਾ, ਸੁਖਮਨ ਪਾਉਂਦੀ ਹੈ ਮਹਾਂ ਚੱਲ ਤੂੰ ਚੱਲ ਤੁਰ ਬਾਜ ਆ, ਵਰਦੀ ਪਾ ਕੇ ਅਤੇ ਭਰਦਿਆ ਉਹ ਆ ਕੇ ਚੱਲ ਕੱਪੜੇ ਪਾ ਲੂੰਗੀ, ਨਹਾ ਲਈ, ਅਤੇ ਮੇਰੀ ਮਸ਼ੀਨ 'ਚ ਕੱਪੜੇ ਚੱਲ, ਮਸ਼ੀਨ ਚੱਲੀ ਜਾਂਦੀ ਹੈ ਕੱਪੜਿਆਂ ਨੂੰ। ਤੁਸੀਂ ਐਂ ਨਾ ਸੋਚਿਆ ਕਰੋ ਵੀ ਇੱਧਰ ਵਧਾਈ ਨਹੀਂ ਆਈ, ਇੱਧਰ ਵਧਾਈ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਜਦੋਂ ਸਾਡੇ 'ਚ ਫਰਕ ਹੀ ਨਹੀਂ ਹੈਗਾ ਆਪ 'ਚ। ਤੁਸੀਂ ਵੀਡੀਓ ਦੇਖ ਹੀ ਰਹੇ ਹੋਵੋਗੇ, ਸਾਡਾ ਕੋਈ ਦਰਾਣੀ ਜਠਾਣੀ ਦਾ ਫਰਕ ਨਹੀਂ, ਸਾਡਾ ਕੋਈ ਬੱਚਿਆਂ ਦਾ ਫਰਕ ਨਹੀਂ। ਅਤੇ ਬਾਕੀ ਪਾਪਾ ਜੀ ਉੱਧਰ ਤਾਂ ਰਹਿੰਦੇ ਨੇ ਕਿਉਂਕਿ ਹੁਣ ਫਿਰ ਅੱਗੇ ਛਿੰਦਾ ਹੁੰਦਾ ਉਹਨਾਂ ਨਾਲ, ਹੈ ਨਾ, ਕੰਮ ਧੰਦਾ ਕਰਾ ਲੈਂਦਾ, ਹੁਣ ਇੱਥੇ ਹੈਲਪਰ ਵੀ ਨਹੀਂ ਹੈਗਾ ਖੇਤੀ 'ਚ ਸਾਡੇ ਨਾਲ, ਅਤੇ ਉਹ ਦੋਨੋਂ ਭਾਈ ਖੇਤ ਬੰਨੇ ਜਾਂਦੇ ਨੇ, ਚਲੋ ਉਹ ਉੱਧਰ ਦੁਕਾਨ 'ਤੇ ਬਹਿ ਜਾਂਦੇ ਨੇ ਪਾਪਾ ਜੀ। ਸਾਡਾ ਆਪ ਜੀ ਨੂੰ ਕੋਈ ਫਰਕ ਨਹੀਂ, ਕੋਈ ਬੀਬੀ ਭਾਪੇ ਰਹੀ ਸਾਨੀ 'ਚ, ਉਹ ਸਾਡਾ ਹੀ ਚੱਲੀ ਜਾਂਦਾ ਸਾਡਾ ਕੰਮ, ਕੋਈ ਵੰਡ ਵੰਡਾਰਾ ਹਜੇ ਸਾਡਾ ਕੋਈ ਨਹੀਂ ਹੋਇਆ, ਸੰਦ ਵੀ ਸਾਂਝੇ ਨੇ। ਮੈਂ ਬਹੁਤ ਸਾਰੀ ਵੀਡੀਓ 'ਚ ਦੱਸ ਚੁੱਕੀ ਹਾਂ, ਨਵੇਂ ਵਿਊਵਰਾਂ ਨੂੰ ਨਹੀਂ ਪਤਾ, ਖੇਤੀ ਵੀ ਸਾਂਝੀ ਹੈ, ਸਾਰਾ ਕੁਛ ਸਾਡਾ ਸਾਂਝਾ, ਬਸ ਸਾਡੇ ਕੋਲ ਰੋਟੀ ਰੋਟੀ ਅਲੱਗ ਹੈ, ਠੀਕ ਹੈ ਜੀ। ਚਲੋ ਜੀ, ਆਪਾਂ ਬਾਅਦ 'ਚ ਮਿਲਦੇ ਹਾਂ, ਆਪਾਂ ਰੋਟੀ ਪਕਾ ਲਈਏ, ਕੰਮ ਕਰਕੇ ਆਪਾਂ ਪੈਲਸ 'ਚ ਵੀ ਜਾਣਾ ਹੈਗਾ, ਫਿਰ ਮਿਲਦੇ ਹਾਂ। ਲਓ ਜੀ, ਆਪਾਂ ਤਿਆਰ ਹੋ ਗਏ, ਮਾੜੇ ਜਿਹੇ ਹੱਥ ਜਾਂ ਕੁਛ ਹੋਏ ਪਹਿਲਾਂ, ਇਹ 'ਚ ਲਾ ਲਈ ਕੋਲਡ ਕਰੀਮ ਆਪਾਂ, ਹਾਂਜੀ, ਤੇ ਡੈਡੀ ਗੱਡ ਗੱਡੀ ਕੱਢਣ ਗਿਆ। ਪਾਪਾ ਕਿੱਥੇ? ਪਾਪਾ ਹੀ ਬਾਹਰ ਗਏ। ਚਲ ਆ ਜਾ ਪਾਪਾ, ਪਾਪਾ ਕਹਿੰਦੇ ਪਰਸੋਂ ਤੋਂ ਕਰਾਉਣਾ ਵੀ ਕੀ ਆ, ਹੈ ਨਾ, ਛੱਡ ਪਰਾਂ
ਮੋਬਾਈਲ ਕੋਈ ਲੈ ਚੱਲਦੇ ਆ हो गए कपड़े तारा भरी पे पगड़ी पग ते परना धुप वाली अज पापा ने कही कोई बंदा ना लै जे काम मत बुला ला फिर कहूगा भाई नहीं करके आ चाबी चक लू आके रसोई रसोई बंद कर दो बिल्ली ना कुछ खराब कर दे इन्हें पापा किधर भाग गए पापा बैठे बैठे से बारह तेरह मिनट हो गए ने पैलेस नेड़ी है बस दस मिनट का रास्ता तेल पवाउन लग गए नहीं हुण पैलेस च हो जांदे चलो बस अज का ब्याह रह गया प्रोग्राम तो वादू ने गे पर ब्याह अज का ही रह गया क्योंकि अगले साल बीरपाल वाहेगुरु हुणा खुशियां ही लियावे खुशी खुशी मूह देखी सब दे ते आप पता नहीं रात मेरे की हो गया पता बल पक गया राती रात रात असि आए सी जी 12:30 बजे जागो देख के फिर तरसेम तक ना उरी पाए जो फिर सानू आए हुंदा भी तारा कढ़निया ने है ना ते घरे जे पापा जी है गी सीगे तां भी सानू आए हुंदा गा भी चल तारा भी कढ़ांगे सवेरे उठ के आना औखा हो जांदा है जिरो रात नू पैणा हुंदा ओरो चल आपां पै जांदे आके आपदे आपदे टिकाणे ते फिर दूजे थां उठ के आना बहुत औखा हो जांदा है थोड़ा थोड़ा गला भी खराब होया पिया ते तो सुखमन भी थोड़ी जी बीमार हुई पिया तेजाब तेजूब जिहा बढ़ गया है ना ਆਪੇ ਆਰ ਸੁਣਨਾ ਤੇ ਫਸਦੀ ਏ ਜੇ ਇਸ਼ਕ ਮਤਲਬ ਹਮੇਸ਼ਾ ਦੇਵਾ ਕਲਾ ਦਾ ਨਮਾਨ ਕਹਿੰਦਾ ਪਰ ਦੁਨੀਆਂ ਵੱਧ ਤੋਂ ਵੱਧ ਕੋਈ ਫਸਦੀ ਏ ਦੁਨੀਆਂ ਵੱਧ ਤੋਂ ਵੱਧ ਕੋਈ ਲੱਗਦੀ ਏ ਸਭ ਮਰਾਸ
ਓ ਬਾਰੀ ਬਰਸੀ ਕੱਢਣ ਗਿਆ ਸੀ ਖੱਟ ਕੇ ਲਿਆਂਦੀ ਡੋਰੀ ਹੀ ਵੀ ਵੀਰ ਤਾਂ ਸਾਡਾ ਗੜ ਦੇ ਵਰਗਾ ਸਾਡਾ ਗੜ ਦੇ ਵਰਗਾ ਪੱਪੇ ਬੱਲੇ ਦੀ ਪੇਰੀ ਹੀ ਵੀ ਨਰਮ ਦਿਲਾਂ ਦੇ ਸੀਸੇ ਵਾਂਡੂ ਓ ਨਰਮ ਦਿਲਾਂ ਦੇ ਸੀਸੇ ਵਾਂਡੂ ਨਾ ਕੋਈ ਠੱਗੀ ਥੋਰੀ ਮੇਲ ਸੁਜੋਗਾ ਦੇ ਰੱਬ ਬਣਾਦਾ ਜੋੜੀ पैलेस आ गया ब्याह देख के थके पे सी रात दी बच्चे केड़े भैन कही जाते थे नीतू तो सौ गई थी कुर्सी ते तरसेम ते भाभी नीतू जो तो रह गए ने क्योंकि जो टाइम है हम साढ़े पांच हो गए ने असी मामी तो चोरियों आएंगे घरों हूँ मामी वीडियो देख के फिर गा दू उन्हें आन नहीं तुझे देना कहने डोली तोड़ के जाओ डोली तो जो सत्त बजन गए हिसाब ला लो हजे सलामी पई जाती है साढ़े पांच हो गए तो उदू बार है ना सौ मुड़मी गड्डी का बिहार होर कुड़ियों ने नौ पास लानी मेहंदी लानी बहुत सारे बिहार रेंदे ने हजे करन वाले तो फिर साडा तो चल हूँ जे बीबी होंगी सू सर भी आता भापा जी घरें ना तो भापा जी तो मझा बनी जाती ना खोली आती है ना धार क्ढी जाती जो बीबी होंगी फिर चलो औखी सौखी धार क्ढ ली तो बीबी भी सूँ पता भी आवनी को गई हुई हैगी इस करके असी धारा टाइम है जोड़ा हूँ पाँच पैंती हो गए बत्ती तो दस भी मिनट अपन रस्ते भी लगन गए जाने हजे पिंड पंजाब वाले ने उन्होंने तक टाइम सी बज जाएंगे घर जाद्या क्योंकि उन्होंने थोड़ा जहा फर्क है तो इस करके मामी नूं असीं बिन दस्से आ गए मामा जी नूं ते मिले आए है सीगे ते मामी तो कहती डोली तोड़ के जायो फिर हुण है ना इन्ना नेरा हुंदा सीगा नहीं रह भी जांदे फिर औखा हो जांदा जी धार दा औखा हो जांदा दूजी माझी चल नेरे भी धार कढ लांदे क्योंकि जिहड़ी हुण सज्जर सूई माझ उहदी कट्टी बेचारी कख नहीं खाण जांदी उह भुखी रिंगदी होऊगी कल सू कवेला हो गया असी नानके कवेले आए ने असी छे बजे धार क्ढन आए साढ़े आने कट्टी छोटी रिंगी जाती उन्होंने भुख लगी फिर है ना भुखे कट्टू ठंड लग जाती है इस करके सानू वो छोटी जी कट्टी दे मारे असी आ गए लो जी हूँ तुम उन्होंने मगरी कर ली उन्होंने गुरमीत की गड्डी मगर हो जाती उन्होंने गड्डी कैम उन्होंने भी कला जान की कहें साड़िया मझा भी खड़िया हो घर छड़ के आए ना कोई मझा लो जी पैर सब नेड़ी सी नेड़े करके ता करके बादल लग गया घंटा जे दूर होंगी फिर नहीं सी साढ़े चार तुरते हूँ असं साढ़े पांच तुरे आगे चलो वधिया हो गया है ना कहने होंगे ने भरिया मेला छड के आ जे वधिया ही होंगे गा मुंडे वाले भी वधी रह गए बेचारे नाल हुंदे जिवें जिवें है ना बिहार हो जाता जाई जाते हैं क्योंकि आले नूं सब नूं कम्मां कारां दा फिकर हुंदा गा पुआदिआं दा ते उन्हां नूं भी काहला जाण दी ओह भी शायद ही खड़न भाजी नाजी साडी तां सारी गड्डी दे विच आ गई विच आएगी दे दित्ती हैगी कहिंदी चोर फड़ा दित्ती सवेरी फिर है ना मगरों आउणा औखा हो जाता अगले नूं कम्मां कारां दे विच इस करके नाल हुंदे मामी ने सवेरी भाजी बीबी कहनी जीरो लड्डू बनी गए ने ओवें जुकरी बना बना के लिफाफे पैकिंग कर दी किन्नी किन्नी देनी सी ते चलो भाजी नाजी का भी नाल हुंदी नवेड़ दिता चलो जी पकड़े जाके मिलते हूँ मज्जां ने धारां कढ़ीए जाके रोटी टुकर अपना लिबड़ गए रोटी टुकर खा लिया खाने खाने मैं ਇਹ ਤਾਂ ਸੌ ਜਾਣਗੇ ਹੁਣ ਬਸ ਆਪਾਂ ਧਾਰਾਂ ਕੱਢ ਕੇ ਆਪਾਂ ਪੈ ਜਾਣਗੇ।
ਸੌਂਗ ਗਾਈਓ ਰਾਤ ਦੀ। ਉਹ ਰਾਤ ਵੀ 12:30 ਹੋ ਗਈ ਸੀ। ਲੋ ਜੀ ਆਪਾਂ ਆਹ ਵਾਲਾ ਸੂਟ ਆ ਮੈਂ ਦੱਸਿਆ ਨੀਤੀ ਜਿਹੜਾ ਉਹਦੇ ਗਰਮੀਤ ਭਾਪਾ ਵੀਡੀਓ ਚ ਵਿਆਹ ਵਾਸਤੇ ਲੈਤਾ ਸੀ। ਬਹੁਤ ਸਾਰੇ ਗਰਮੀਤ ਕਹਿੰਦੀ ਭੈਣ ਤੇਰੀ ਵੀਡੀਓ ਚ ਕਹਿੰਦੀ ਸਕਰੀਨ ਸ਼ਾਟ ਲੈ ਲੈ ਮੈਨੂੰ ਭੇਜੀ ਜਾਂਦੀਆਂ ਨੇ, ਪਰ ਉਹਨੇ ਮੈਨੂੰ ਤੁਸੀਂ ਪ੍ਰਾਈਜ਼ ਦੇ ਦਿੱਤੀ ਕੀ ਰੇਟ ਆ ਮੈਨੂੰ ਰੇਟ ਰੂਟ ਦਾ ਉਹਨੇ ਦੱਸਿਆ ਨਹੀਂ, ਪਤਾ ਨਹੀਂ ਲਊਗੀ ਪਤਾ ਨਹੀਂ ਲੈਂਦੀ ਨਹੀਂ ਇਹਨੂੰ ਪਤਾ ਕੀ ਆ ਪੁੰਨ ਕਰਦੇ। ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ, ਹੁਣ ਤੁਹਾਨੂੰ ਪਤਾ ਹੀ ਆ ਵਿਆਹ ਆਇਆ ਕੱਪੜੇ ਬਦਲੇ ਨੇ ਸਾਂਭਦੇ ਆ ਧਾਰਾਂ ਚੋਣੀਆਂ ਨੇ ਕੱਟੀ ਛੋਟੀ ਰਿੰਗੀ ਜਾਂਦੀ ਉਹਨੂੰ ਭੁੱਖ ਲੱਗੀ ਆ, ਆਪਾਂ ਮਿਲਾਂਗੇ ਕੱਲ੍ਹ ਨੂੰ ਕਿਸੇ ਨਵੀਂ ਵੀਡੀਓ ਨਾਲ ਨੇ। ਗੁਰਮਣ ਕੱਪੜੇ ਸਾਂਭੂ ਹੁਣ ਸੁਖਮਣ ਅੰਦਰ ਆ ਕਮਰੇ 'ਚ ਸਾਂਭੀ ਜਾਂਦੀ ਆ ਉਹਦੇ, ਮੈਂ ਇੱਥੇ ਸਾਂਭੀ ਜਾਂਦੀ ਹਾਂ ਸਰਦਾਰ ਦੀਆਂ ਨੇ ਕੋਟਾਂ ਆਹ ਕੋਟ ਸੀਗਾ ਇਹਨੇ ਇਹਦੀਆਂ ਬਾਹਾਂ ਲਾ ਕੇ ਜਾਗਟ ਕਰਕੇ ਵਿਆਹ 'ਚ ਪਾ ਕੇ ਲੈ ਕੇ ਗਏ ਸੀ, ਹੁਣ ਆ ਕੇ ਆਪਣੀਆਂ ਬਾਹਾਂ ਜਾਗ ਦਿੱਤੀਆਂ ਨੇ ਕੋਟ 'ਤੇ, ਨੇ ਮੈਂ ਸਰਦਾਰ ਦੀਆਂ ਨੇ ਕੱਪੜੇ ਸਾਂਭੀਆਂ ਨੇ ਮੈਂ ਆਪਦੇ ਸਾਂਭੀਆਂ, ਸੁਖਮਣ ਹੋਰੀ ਆਪਦੇ ਸਾਂਭੀਆਂ ਨੇ। ਮਿਲਾਂਗੇ ਕੱਲ੍ਹ ਨੂੰ ਕਿਸੇ ਨਵੀਂ ਵੀਡੀਓ ਨਾਲ, ਅੱਜ ਦੀ ਵੀਡੀਓ 'ਚ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।